ਛੱਤਰ ਅਧੀਨ ਪੈਂਦੇ ਪਿੰਡ ਸੁੱਤਾ ਮਾਜਰਾ ਵਿਖੇ ਸ਼ਨੀਵਾਰ ਦਿਨ ਦਿਹਾੜੇ ਇੱਕ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਪੁੱਜੇ ਡੀਐਸਪੀ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੰਟਰੋਲ ਰੂਮ ਤੇ ਔਰਤ ਦੀ ਹੱਤਿਆ ਸੰਬੰਧੀ ਆਈ ਜਾਣਕਾਰੀ ਉਪਰੰਤ ਓਐਸਐਚਓ ਕਾਟਗੜ ਪਰਮਿੰਦਰ ਸਿੰਘ ਸਨੇ ਮੌਕੇ ਤੇ ਪੁੱਜ ਗਏ ਸਨ। ਉਹਨਾਂ ਦੱਸਿਆ ਕਿ ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਨਰਿੰਦਰ ਕੌਰ ਉਮਰ 40 ਸਾਲ ਦਾ ਪਤੀ ਖੇਤਾਂ 'ਚ ਕੰਮ ਕਰਨ ਲਈ ਗਿਆ ਹੋਇਆ ਸੀ ਜਦਕਿ ਉਸਦਾ 15 ਸਾਲਾ ਲੜਕਾ ਜੋ ਬੋਲਣ 'ਚ ਅਸਮਰੱਥ ਹੈ ਘੱਟ ਸੀ। ਡੀਐਸਪੀ ਨੇ ਦੱਸਿਆ ਕਿ ਕਰੀਬ 2 ਵਜੇ ਉਪਰੋਕਤ ਲੜਕੇ ਨੇ ਆਪਣੀ ਮਾਂ ਨੂੰ ਘਰ ਦੇ ਇੱਕ ਖੂੰਜੇ 'ਚ ਲਹੂਲੁਹਾਨ ਦੇਖਿਆ ਤਾਂ ਉਹ ਘਰ ਦੇ ਬਾਹਰ ਗਲੀ 'ਚ ਆ ਕੇ ਉੱਚੀ ਆਵਾਜ਼ 'ਚ ਰੋਣ ਲੱਗਾ। ਜਿਸ ਦੇ ਗੁਆਂਢ ਦੀਆਂ 2 ਮਹਿਲਾਵਾਂ ਜਦੋਂ ਉਸਦੇ ਘਰ ਆਈਆਂ ਤਾਂ ਉਪਰੋਕਤ ਨਰਿੰਦਰ ਕੌਰ ਮਹਿਲਾ ਮਰੀ ਪਈ ਸੀ। ਡੀਐਸਪੀ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਸਾਹਮਣੇ ਆਇਆ ਹੈ ਕਿ ਉਪਰੋਕਤ ਮਹਿਲਾ ਦਾ ਕਤਲ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗਲੇ 'ਚ ਤੇਜ਼ਧਾਰ ਹਥਿਆਰ ਰੱਖ ਕੇ ਗਲਾ ਘੁੱਟ ਕੇ ਕੀਤਾ ਗਿਆ ਹੈ। ਇਹ ਸਾਨੂੰ ਕੋਈ 3:30 ਪਤਾ ਲੱਗਿਆ ਸੀ, ਬਲਾਈਂਡ ਮਰਡਰ ਹੈ। ਨਰਿੰਦਰ ਕੌਰ ਨਾਂ ਦੀ ਲੇਡੀ ਹੈ ਅਤੇ ਇਕੱਲੀ ਕਾਫੀ ਕੱਪੜੇ ਧੋਂਦੀ ਸੀ ਔਰ ਇਹਦਾ ਬੇਟਾ ਜਿਹੜਾ 15 ਸਾਲ ਦਾ ਗੁੰਗਾ ਹੈ, ਬੋਲ ਨਹੀਂ ਸਕਦਾ, ਇਸ਼ਾਰਿਆਂ ਨਾਲ ਹੀ ਦੱਸ ਸਕਦਾ ਵੀ ਕੀ ਹੈ ਕੀ ਨਹੀਂ। ਔਰ ਉਹ ਅੰਦਰ ਕਿਤੇ ਟੀ ਵੀ ਦੇਖ ਰਿਹਾ ਸੀ। ਅੱਜ ਸਵੇਰੇ ਇਹਦਾ ਜਿਹੜਾ ਹਸਬੈਂਡ ਹੈ ਉਹ ਦਿਹਾੜੀਦਾਰ ਕੰਮ ਆਇਆ, ਉਹ 8 ਵਜੇ ਆਪਣੇ ਕੰਮ 'ਤੇ ਕਣਕ ਵੱਢਣ ਵਾਸਤੇ, ਕਣਕ ਦੀ ਕਢਾਈ ਵਾਸਤੇ ਚਲਾ ਗਿਆ। ਪਿੱਛੋਂ ਕੋਈ ਅਨਨੋਨ ਬੰਦਾ ਆਣ ਕੇ ਇਹਨੂੰ ਪੈ ਗਿਆ ਅਤੇ ਪੱਤੀ ਲਾਗੇ ਮਿਲੀ ਆ ਡੈੱਡ ਬੋਡੀ 'ਚੋਂ, ਉਹ ਪੱਤੀ ਦੇ ਨਾਲ ਇਹਦਾ ਗਲ ਦੱਬ ਕੇ ਉਹਨੇ ਮਤਲਬ ਇਹਦਾ ਲੇਡੀ ਦਾ ਮਰਡਰ ਕਰ ਦਿੱਤਾ। ਹੁਣ ਅੱਗੇ ਕੀ ਕਾਰਵਾਈ ਕਰ ਰਹੇ ਜੀ? ਹੁਣ ਇਹਦੇ ਫਿਲਹਾਲ ਬਲਾਈਂਡ ਬੰਦੇ ਅਤੇ ਅਨਨੋਨ ਬੰਦੇ 'ਤੇ 302 'ਚ FIR ਦਰਜ ਕਰ ਰਹੇ ਹਾਂ ਔਰ ਉਹਦੀ ਤਫਤੀਸ਼ ਕਰਕੇ ਅਤੇ ਦੇਖਾਂਗੇ ਕੌਣ ਹੈ। ਮਤਲਬ ਕੋਈ ਸ਼ੱਕ ਇਹਨਾਂ ਨੂੰ ਜਿਹੜੇ ਜਿਹਨਾਂ ਦੀ ਡੈਥ ਹੋਈ ਆ ਉਹਨਾਂ ਨੂੰ ਕੋਈ ਤੱਕ ਕਿਸੇ ਨੇ ਕੋਈ ਸ਼ਕਸ਼ੂਬਾ ਜ਼ਾਹਰ ਨਹੀਂ ਕੀਤਾ ਪਰ ਸਾਨੂੰ ਤਾਂ ਸਾਰਿਆਂ 'ਤੇ ਸ਼ੱਕ ਜਿਹੜੇ ਬੰਦੇ ਲਾਗੇ ਰਹਿ ਰਹੇ ਆ ਤੁਰੇ ਫਿਰਦੇ। ਇਹ ਜਿਹੜੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਆ? ਦੱਸੋ। ਸਿਸਟਰ ਆ ਮੇਰੀ। ਸਿਸਟਰ ਕਿਹੜੀ ਕਿਹੜੇ ਪਿੰਡੋਂ ਆ ਜੀ? ਇਹ ਅਸੀਂ ਰੋਪੜ ਦੇ ਆ। ਅੱਛਾ, ਤੁਸੀਂ ਰੋਪੜ ਤੋਂ ਆਏ ਹੋ? ਨਹੀਂ, ਮੈਂ ਤਾਂ ਇੱਥੇ ਰਹਿੰਦੀ, ਮੇਰਾ ਵੀ ਇੱਥੇ ਇਸੇ ਪਿੰਡ 'ਚ ਮੈਂ ਲਿਆਈ ਦੀ ਆ, ਮੈਂ ਹੀ ਲਿਆਈ, ਮੈਂ ਬੜੀ ਇਹ ਤੋਂ। ਤੁਹਾਨੂੰ ਕਿਸੇ ਦੇ ਸ਼ੱਕ ਹੋਵੇ ਜਾਂ ਕੋਈ ਪਤਾ ਕੋਈ? ਮੈਂ ਤਾਂ ਦੂਰ ਰਹਿੰਦੀ, ਮੈਨੂੰ ਕਿਸੇ ਇਹਦੇ ਕਿਸੇ ਨਾਲ ਲੜਦੀ ਬੋਲਦੀ ਨਹੀਂ। ਅਤੇ ਇੱਥੇ ਘਰ 'ਚ ਕੌਣ ਕੌਣ ਹੁੰਦਾ ਜੀ ਇਹਨਾਂ ਦੇ? ਇਹ ਸੀਗਾ ਜਾੜੀ ਖਾਨ ਗਿਆ ਹੋਇਆ ਸੀਗਾ ਮੁੰਡਾ ਅੰਦਰ ਟੈਲੀਵਿਜ਼ਨ ਦੇ, ਉਹਨੂੰ ਭੁੱਖ ਲੱਗੀ, ਉਹਨੇ ਆ ਕੇ ਦੇਖੀ ਬਾਹਰ ਮਰੀ ਹੋਈ।